ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਸਮਾਗਮ ਬਟਾਲਾ ਦੇ ਇੱਕ ਸਥਾਨਕ ਕਾਲਜ ਵਿੱਚ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੇ ਕੀਤੀ। ਮਹਿਲਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਖੇਤਰ ਅਜਿਹਾ ਨਹੀਂ ਰਿਹਾ ਜਿਸ ਵਿੱਚ ਔਰਤਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਨਾ ਮਨਵਾਇਆ ਹੋਵੇ। ਪੀਐਚਡੀ ਐਕਸ ਵਿਦਿਆਰਥਣ ਆ ਔਰ ਅੱਜ ਇਸ ਕਾਲਜ 'ਚ ਆ ਕੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਜੋ ਕਿ ਇੰਟਰਨੈਸ਼ਨਲ ਵੂਮੈਨ ਡੇ ਦੇ ਉੱਤੇ ਪ੍ਰੋਗਰਾਮ ਕਰਵਾਇਆ ਗਿਆ ਔਰ ਮੈਂ ਆਪਣੀ ਆਰਟਿਸਟ ਵੈਲਫੇਅਰ ਸੁਸਾਇਟੀ ਬਟਾਲਾ ਵੱਲੋਂ ਇਸ ਪ੍ਰੋਗਰਾਮ 'ਚ ਪ੍ਰੈਜੈਂਟ ਕਰਨ ਆਪਣੇ ਆਪ ਨੂੰ ਆਈ ਹਾਂ ਔਰ ਇਸ ਪ੍ਰੋਗਰਾਮ 'ਚ ਆ ਕੇ ਮੈਨੂੰ ਇੰਨਾ ਅੱਛਾ ਲੱਗਾ ਕਿ ਮਤਲਬ ਵੂਮੈਨ ਦੇ ਉੱਤੇ ਜਿਹੜਾ ਉਹਨਾਂ ਦੇ ਹੱਕ ਦੇ ਬਾਰੇ ਗੱਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਉਹਨਾਂ ਨੂੰ ਹਰ ਇੱਕ ਖੇਤਰ 'ਚ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ। ਮੈਂ ਕਮਲਗੀਤ ਮੱਕੀ, ਮੈਨੂੰ 7 ਸਾਲ ਹੋ ਗਿਆ ਗੇਮ ਕਰਦੇ ਆਪਣੇ ਕਰਦੇ। ਮੈਂ 6th ਕਲਾਸ ਤੋਂ ਆਪਣੀ ਗੇਮ ਸਟਾਰਟ ਕੀਤੀ ਸੀਗੀ ਜੋ ਕਿ ਮੈਂ ਅੱਜ ਤੱਕ ਇੰਟਰਨੈਸ਼ਨਲ ਤੱਕ ਗੋਲਡ ਲੈਵਲ ਜਿੱਥੇ ਵੀ ਗਈ ਹਾਂ ਗੋਲਡ ਹੀ ਲੈ ਕੇ ਆਈ ਹਾਂ। ਸਭ ਤੋਂ ਪਹਿਲਾਂ ਮੱਕੀ ਹੁਣ ਮੈਨੂੰ ਇੰਨੀ ਖੁਸ਼ੀ ਹੋਣ ਦੀ ਹੈ ਕਿ ਮੈਂ ਆਲਾ ਬਾਬਾ ਕੋਲੇਜ ਸਮਾਨਤ ਹੋਈ ਹਾਂ। 10ਵਾਂ ਵਿੱਚ ਮੈਂ ਮੱਕੀ ਇੱਥੋਂ 2 ਮਹੀਨੇ ਐਡਮਿਸ਼ਨ ਲਈ ਸੀਗੀ ਜੋ ਮੈਂ ਮੱਕੀ ਸਰਕਾਰੀ ਸਕੂਲ ਵਿੱਚ ਗਈ ਹਾਂ। ਮੇਰਾ ਸੁਪਨਾ ਮੱਕੀ ਹੁਣ ਮੈਂ ਪਲੱਸ ਟੂ ਤੋਂ ਬਾਅਦ ਆਪਣੀ ASI ਦੀ ਭਰਤੀ ਵੇਖਣੀ ਆ ਅਤੇ ਸਿੱਧਾ ਮੱਕੀ ਮਲੇਸ਼ੀਆ ਟੂਰਨਾਮੈਂਟ ਖੇਡ ਕੇ ਆਣ ਕੇ ਭਰਤੀ ਵੇਖਣੀ ਅਤੇ ਮੈਨੂੰ ਉਮੀਦ ਹੀ ਹੈਗੀ ਕਿ ਮੈਂ ASI ਬਣ ਸਕਦੀ ਹਾਂ। ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਹੈ ਜੀ ਸਾਡਾ ਅੱਜ ਦਾ ਇਹ ਸਮਾਗਮ ਔਰ ਇਹਦਾ ਮੁੱਖ ਮੰਤਵ ਇਹ ਹੈ ਕਿ ਅਸੀਂ ਲੋਕਾਂ ਦੇ ਵਿੱਚ ਆਵਾਮ ਦੇ ਵਿੱਚ ਇਹ ਸੁਨੇਹਾ ਦਈਏ, ਇਹ ਹੋਕਾ ਦਈਏ ਕਿ ਔਰਤ ਦਾ, ਮਹਿਲਾ ਦਾ, ਬੱਚੀਆਂ ਦਾ, ਧੀਆਂ ਦਾ, ਭੈਣਾਂ ਦਾ ਸਤਿਕਾਰ ਹੋਣਾ ਚਾਹੀਦਾ, ਉਹਨਾਂ ਦੀ ਇੱਜ਼ਤ ਹੋਣੀ ਚਾਹੀਦੀ ਹੈ, ਉਹਨਾਂ ਨੂੰ ਕਿਸੇ ਮਾੜੀ ਨਜ਼ਰ ਨਾਲ, ਘਿਰਨਾ ਨਾਲ, ਵਿਅੰਗ ਨਾਲ ਅਤੇ ਤਿਰਸਕਾਰ ਨਾਲ ਨਹੀਂ ਵੇਖਣਾ ਚਾਹੀਦਾ।